ਬਾਬੂ ਸ਼ਾਹੀ ਦੇਖ ਰਹੇ ਤੁਸੀਂ ਅੱਜ ਲਗਾਤਾਰ ਦੂਜੇ ਦਿਨ ਪੰਜਾਬ ਕਾਂਗਰਸ ਭਵਨ ਵਿਖੇ ਕਾਂਗਰਸ ਲੀਡਰਸ਼ਿਪ ਦੀ ਮੀਟਿੰਗਾਂ ਦਾ ਦੌਰ ਜਾਰੀ ਹੈ। ਦੱਸ ਦਈਏ ਕਿ ਪੰਜਾਬ ਕਾਂਗਰਸ ਅਫੇਅਰਸ ਦੇ ਜਿਹੜੇ ਇੰਚਾਰਜ ਬਣਾਏ ਗਏ ਸੀ ਦਵਿੰਦਰ ਯਾਦਵ, ਉਹ 3 ਦਿਨਾਂ ਦੇ ਉਹਨਾਂ ਨੇ ਵਿਸ਼ੇਸ਼ ਪ੍ਰੋਗਰਾਮ ਰੱਖਿਆ, 3 ਦਿਨਾਂ ਜਿਹੜੀਆਂ ਲਗਾਤਾਰ ਮੀਟਿੰਗਸ ਹੋਣੀਆਂ ਨੇ। ਅੱਜ ਦੂਜਾ ਦਿਨ ਹੈ ਮੀਟਿੰਗਸ ਦਾ ਅਤੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਅੱਜ ਮੀਟਿੰਗ ਹੈ ਜਿਹੜੀ ਉਹ ਹੋ ਰਹੀ ਹੈ। ਸੋ ਜਿਹਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਹੁੰਚੇ ਨੇ, ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਪਹੁੰਚੇ ਨੇ। ਸੋ ਇਹਨਾਂ ਤੋਂ ਇਲਾਵਾ ਹੋਰ ਜਿਹੜੇ ਕਈ ਲੀਡਰਸ ਨੇ, ਜਿਹੜੇ ਕਈ ਕਾਂਗਰਸ ਦੇ ਵਰਕਰਸ ਨੇ, ਉਹ ਪਹੁੰਚੇ ਹੋਏ ਨੇ। ਸੋ ਅੱਜ ਦੀ ਜੇ ਗੱਲ ਕੀਤੀ ਜਾਵੇ ਤਾਂ ਪਹਿਲਾਂ 11 ਵਜੇ ਬਲੋਕ ਅਧਿਅਕਸ਼ਾਂ ਦੀ ਜਿਹੜੀ ਹੈ ਮੀਟਿੰਗ ਸੀਗੀ ਦਵਿੰਦਰ ਯਾਦਵ ਨੇ ਜਿਹੜੀ ਲਈ, ਉਸ ਤੋਂ ਬਾਅਦ ਹੋਰ ਵੱਖ ਵੱਖ ਜਿਹੜੇ ਅਧਿਕਾਰੀ ਨੇ ਜਿਹੜੇ ਉਹਨਾਂ ਦੀ ਮੀਟਿੰਗ ਹੋਣੀ ਹੈ, ਕਾਰਿਆਕਰਤਾ ਨੇ ਜਿਹੜੇ ਪਾਰਟੀ ਦੇ ਉਹਨਾਂ ਦੀ ਮੀਟਿੰਗ ਹੈ ਜਿਹੜੀ ਉਹ ਲੈ ਰਹੇ ਨੇ ਦਵਿੰਦਰ ਯਾਦਵ। ਸੋ ਮੀਟਿੰਗਾਂ ਦਾ ਦੌਰ ਜਾਰੀ ਆ, ਪਰ ਉੱਥੇ ਹੀ ਜਿਹੜੀ ਮੇਨ ਗੱਲ ਦੇਖਣ ਨੂੰ ਮਿਲ ਰਹੀ ਹੈਗੀ ਹੈ, ਜਿਹੜਾ ਰੇੜਕਾ ਬਣਿਆ ਹੋਇਆ, ਚਾਹੇ ਉਹ ਆਮ ਆਦਮੀ ਪਾਰਟੀ ਦੇ ਨਾਲ ਸੀਟ ਸ਼ੇਅਰਿੰਗ ਨੂੰ ਲੈ ਕੇ ਹੋਵੇ, ਲੋਕ ਸਭਾ ਜਿਹੜੀਆਂ ਚੋਣਾਂ ਆਉਣ ਵਾਲੀਆਂ ਨੇ ਉਹਦੇ ਵਿੱਚ ਗੱਠਜੋੜ ਕਰਨ ਨੂੰ ਲੈ ਕੇ ਹੋਵੇ, ਅਤੇ ਜਾਂ ਫਿਰ ਜਿਹੜੀ ਆਪਸੀ ਜਿਹੜੇ ਕਈ ਲੀਡਰ ਨੇ ਪੰਜਾਬ ਕਾਂਗਰਸ ਦੇ, ਉਹਨਾਂ ਦੇ ਵਿੱਚ 2 ਧਿਰਾਂ ਜਿਹੜੀਆਂ ਬਣੀਆਂ ਹੋਈਆਂ ਨੇ। ਨਵਜੋਤ ਸਿੱਧੂ ਨੇ ਜਦੋਂ ਤੋਂ ਵੱਖਰੀਆਂ ਰੈਲੀਆਂ ਕਰਨੀਆਂ ਸ਼ੁਰੂ ਕੀਤੀਆਂ, ਉਸ ਤੋਂ ਬਾਅਦ ਕਈ ਲੀਡਰਾਂ ਨੇ ਇਤਰਾਜ਼ ਜਿਤਾਇਆ, ਕਈ ਲੀਡਰ ਨਵਜੋਤ ਸਿੱਧੂ ਦੇ ਹੱਕ 'ਚ ਵੀ ਨੇ। ਸੋ ਇਸ ਤਮਾਮ ਕਸ਼ਮਕਸ਼ ਦੇ ਚੱਲਦੇ ਦੇਖਣ ਵਾਲੀ ਗੱਲ ਹੋਊ ਕੀ ਨਿਚੋੜ ਨਿਕਲੂਗਾ ਦਵਿੰਦਰ ਯਾਦਵ, ਜਿਹੜੇ ਖਾਸ ਤੌਰ 'ਤੇ ਮੀਟਿੰਗਸ ਲੈਣ ਆਏ ਨੇ, ਉਹਨਾਂ ਨੇ ਛੋਟੇ ਵਰਕਰ ਤੋਂ ਲੈ ਕੇ ਵੱਡੇ ਲੀਡਰ ਤੱਕ ਸਾਰਿਆਂ ਨਾਲ ਮੀਟਿੰਗ ਕੀਤੀ ਹੈ, ਸੋ ਉਹਦੇ ਵਿੱਚ ਕੀ ਨਿਕਲ ਕੇ ਆਉਂਦਾ। ਸੋ ਗੱਠਜੋੜ ਨੂੰ ਜੇ ਲੈ ਕੇ ਆਪਾਂ ਜੇ ਗੱਲ ਕਰੀਏ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੰਡੀਆ ਬਲੋਕ ਜਿਹੜਾ ਬਣਿਆ ਹੋਇਆ, ਜਿਹਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਸਮੇਤ ਸਾਰੀਆਂ ਓਪੋਜੀਸ਼ਨ ਪਾਰਟੀਜ਼ ਨੇ, ਉਹ ਇਕੱਠੀਆਂ ਹੋਈਆਂ, ਅਤੇ ਪਰ ਪੰਜਾਬ ਦੇ ਵਿੱਚ ਲਗਾਤਾਰ ਕਾਂਗਰਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਨਹੀਂ ਕਰਨਾ ਅਤੇ ਅਸੀਂ 13 ਦੀਆਂ 13 ਸੀਟਾਂ ਆਪ ਲੜਾਂਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ, ਉਹ ਸ਼ੁਰੂ ਤੋਂ ਇਹੀ ਕਹਿ ਰਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਹਾਈਕਮਾਂਡ ਨੇ ਫੈਸਲਾ ਕੀਤਾ, ਉਸੇ ਤਰ੍ਹਾਂ ਦੇ ਨਾਲ ਚੱਲਣਾ ਜ਼ਰੂਰੀ ਹੈ। ਸੋ ਦਵਿੰਦਰ ਯਾਦਵ ਅੱਗੇ ਇੱਕ ਇਹ ਵੀ ਵੱਡਾ ਚੈਲੰਜ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹ ਜਿਹੜਾ ਹੈਗਾ ਇੱਕ ਫਾਈਨਲ ਸਲਿਊਸ਼ਨ ਕੱਢਦੇ ਨੇ ਕਿ ਦੋਵੇਂ ਜਿਹੜੀਆਂ ਪਾਰਟੀਆਂ ਨੇ ਪੰਜਾਬ 'ਚ, ਉਹ ਲੋਕ ਸਭਾ ਚੋਣਾਂ ਜਿਹੜੀਆਂ ਨੇ ਇਸ ਸਾਲ ਹੋਣੀਆਂ ਨੇ, ਉਹ ਇਕੱਠੇ ਲੜਦੇ ਨੇ, ਜਾਂ ਜਿਸ ਤਰ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਚਾਹੁੰਦੀ ਹੈ, ਉਹ ਵੱਖ ਵੱਖ ਆਪਣੇ ਆਪਣੇ ਪਾਰਟੀ ਦੇ ਵੱਲੋਂ ਜਿਹੜੀਆਂ ਚੋਣਾਂ ਲੜਦੇ ਨੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜੇ ਕਾਫੀ ਐਕਟਿਵ ਹੋਏ ਨਜ਼ਰ ਆ ਰਹੇ ਨੇ, ਨਵਜੋਤ ਸਿੰਘ ਸਿੱਧੂ ਸਮੇਤ ਕਈ ਲੀਡਰ ਜਿਹੜੇ ਸੀਗੇ ਉਹ ਕੱਲ੍ਹ ਦੀ ਜਿਹੜੀ ਬੈਠਕ ਦੇ ਵਿੱਚ ਸ਼ਾਮਿਲ ਨਹੀਂ ਹੋਏ, ਚਰਨਜੀਤ ਸਿੰਘ ਚੰਨੀ ਹੋਣ, ਭਾਰਤ ਭੂਸ਼ਣ ਆਸ਼ੂ ਹੋਣ, ਨਵਜੋਤ ਸਿੱਧੂ ਸਮੇਤ ਹੋਰ ਵੀ ਕਈ ਸੀ ਜਿਹੜੇ ਲਗਭਗ 10 ਤੋਂ 15 ਜਿਹੜੇ ਮੇਨ ਲੀਡਰ ਸੀਗੇ, ਉਹਨਾਂ ਨੇ ਕੱਲ੍ਹ ਦੀ ਮੀਟਿੰਗ ਹੈ ਜਿਹੜੀ ਉਹ ਅਟੈਂਡ ਨਹੀਂ ਕੀਤੀ ਹੈ। ਅਤੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਕੱਲ੍ਹ ਯਾਨੀ ਕਿ 11 ਜਨਵਰੀ ਨੂੰ ਬੁਲਾਇਆ ਗਿਆ, ਦਵਿੰਦਰ ਯਾਦਵ ਨੇ ਦੱਸਿਆ ਕਿ ਉਹਨਾਂ ਨੂੰ ਕੱਲ੍ਹ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਊਗੀ। ਸੋ ਜਿਸ ਤਰ੍ਹਾਂ ਦੇ ਨਾਲ ਕਈ ਲੀਡਰਾਂ ਨੇ ਓਬਜੈਕਸ਼ਨ ਜਿਤਾਏ ਨੇ ਕਿ ਨਵਜੋਤ ਸਿੰਘ ਸਿੱਧੂ ਅਲੱਗ ਜਿਹੜੇ ਪਲੇਟਫਾਰਮਸ 'ਤੇ ਰੈਲੀ ਕਰ ਰਹੇ ਨੇ, ਉਹ ਕਾਂਗਰਸ ਦਾ ਮੰਚ ਜਿਹੜਾ ਹੈਗਾ ਉਹ ਕਿਉਂ ਨਹੀਂ ਜੁਆਇਨ ਕਰ ਰਹੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਸਟੈਂਡ 'ਤੇ ਅੜੇ ਨੇ ਕਿ ਉਹ ਪਾਰਟੀ ਦੀ ਮਜ਼ਬੂਤੀ ਦੇ ਲਈ ਲੜਾਈ ਲੜ ਰਹੇ ਨੇ, ਸ਼ੁਰੂ ਤੋਂ ਲੜਦੇ ਨੇ ਅਤੇ ਅੱਗੇ ਵੀ ਲੜਦੇ ਰਹਿਣਗੇ। ਸੋ ਇਹਨਾਂ ਸਾਰੇ ਜੋ ਕੁਛ ਵੀ ਚੱਲ ਰਿਹਾ ਕਾਂਗਰਸ ਦੇ ਵਿੱਚ, ਸੋ ਇਹਨਾਂ ਮੀਟਿੰਗਾਂ ਦੀ ਬੜੀ ਅਹਿਮੀਅਤ ਹੈ, ਪਰ ਕੀ ਵਾਕਈ ਇਹਨਾਂ ਮੀਟਿੰਗਾਂ ਦੇ ਵਿੱਚ ਕੋਈ ਨਾ ਕੋਈ ਸਿੱਟਾ ਜਿਹੜਾ ਉਹ ਨਿਕਲ ਪਾਊਗਾ ਜਾਂ ਨਹੀਂ, ਇਹ ਹਜੇ ਦੇਖਣ ਵਾਲੀ ਗੱਲ ਹੋਊ, ਕਿਉਂਕਿ ਇੱਕ ਦਿਨ ਹੋਰ ਜਿਹੜਾ ਹੈਗਾ ਉਹ ਰਹਿੰਦਾ ਜਿਸ ਦਿਨ ਮੀਟਿੰਗਸ ਜਿਹੜੀਆਂ ਨੇ ਉਹ ਹੋਣੀਆਂ ਨੇ ਪੰਜਾਬ ਕਾਂਗਰਸ ਭਵਨ ਵਿਖੇ। ਚੰਡੀਗੜ੍ਹ ਤੋਂ
ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਾਪ ਸਿੰਘ ਸਿੱਧੂ ਦੀ ਰਿਪੋਰਟ।